ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰੇਸ਼ਮ ਸਿੱਧੂ, ਤੁਸੀਂ ਦੇਖ ਰਹੇ ਹੋ KL ਫਾਸਟ ਨਿਊਜ਼। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀਆਂ ਦਾ ਚੋਣ ਪ੍ਰਚਾਰ ਬੰਦ ਹੋ ਚੁੱਕਿਆ। ਤਲਵੰਡੀ ਸਾਬੋ 'ਚ ਇਲੈਕਸ਼ਨ ਕਮਿਸ਼ਨ ਵੱਲੋਂ ਚੋਣ ਪ੍ਰਚਾਰ ਬੰਦ ਕਰਨ ਤੋਂ ਪਹਿਲਾਂ BJP ਦੇ ਉਮੀਦਵਾਰ ਰਵੀਪ੍ਰੀਤ ਸਿੱਧੂ ਵੱਲੋਂ ਮੋਟਰਸਾਈਕਲਾਂ ਅਤੇ ਗੱਡੀਆਂ ਦੇ ਕਾਫਲੇ ਨਾਲ ਰੈਲੀ ਕੱਢੀ ਗਈ। ਉਹਨਾਂ ਨੇ ਰੋਡ ਸ਼ੋਅ ਕਰਦੇ ਹੋਏ ਤਲਵੰਡੀ ਸਾਬੋ ਦੇ ਵੱਖ ਵੱਖ ਗਲੀ ਮੁਹੱਲਿਆਂ 'ਚ ਹੁੰਦੇ ਹੋਏ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ। ਆਪਣੀ ਕੋਠੀ ਤੋਂ ਲੰਬਾ ਕਾਫਲਾ ਸ਼ੁਰੂ ਕਰਦੇ ਹੋਏ ਸ਼ਹਿਰ ਦੇ ਵਿੱਚ ਉਹਨਾਂ ਨੇ ਰੈਲੀ ਕੱਢਦੇ ਹੋਏ ਵੋਟ ਦੀ ਅਪੀਲ ਕੀਤੀ। ਤੁਹਾਨੂੰ ਦੱਸ ਦਈਏ ਕਿ ਚੋਣ ਪ੍ਰਚਾਰ ਬੰਦ ਹੋਣ ਦੇ ਨਾਲ ਹੀ 18 ਫਰਵਰੀ ਦੀ ਰਾਤ ਅਤੇ 19 ਤਰੀਕ ਦੇ ਦਿਨ ਤੱਕ ਸਿਰਫ ਘਰ ਘਰ ਜਾ ਕੇ ਹੀ ਚੋਣ ਪ੍ਰਚਾਰ ਕਰ ਸਕਦੇ ਆ। ਗਲੀ ਮੁਹੱਲਿਆਂ 'ਚ ਗੂੰਜਦੇ ਲਾਊਡ ਸਪੀਕਰ ਅਤੇ ਰੈਲੀਆਂ ਇਕੱਠ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ ਹੀ ਬੰਦ ਕਰ ਦਿੱਤੀਆਂ ਗਈਆਂ। ਰਵੀਪ੍ਰੀਤ ਸਿੱਧੂ ਦਾ ਸ਼ਹਿਰ ਦੇ ਵਿੱਚ ਦੀ ਕਾਫਲਾ ਹੁੰਦਾ ਹੋਇਆ ਤਖ਼ਤ ਸ਼੍ਰੀ ਦਮਦਮਾ ਸਾਹਿਬ ਪਹੁੰਚਿਆ ਅਤੇ ਉਹਨਾਂ ਨੇ ਕਿਹਾ ਕਿ ਤਖ਼ਤ ਸ਼੍ਰੀ ਦਮਦਮਾ ਸਾਹਿਬ ਤੋਂ ਹੀ ਮੱਥਾ ਟੇਕ ਕੇ ਉਹਨਾਂ ਨੇ ਚੋਣ ਪ੍ਰਚਾਰ ਸ਼ੁਰੂ ਕੀਤਾ ਸੀ ਅਤੇ ਅੱਜ ਚੋਣ ਪ੍ਰਚਾਰ ਦੀ ਹਦਾਇਤ ਅਨੁਸਾਰ ਚੋਣ ਪ੍ਰਚਾਰ ਦੀ ਸਮਾਪਤੀ 'ਤੇ ਹੀ ਉਹਨਾਂ ਨੇ ਰੋਡ ਸ਼ੋਅ ਕਰਦੇ ਹੋਏ ਚੋਣ ਪ੍ਰਚਾਰ ਦੀ ਤਖ਼ਤ ਸ਼੍ਰੀ ਦਮਦਮਾ ਸਾਹਿਬ 'ਤੇ ਸਮਾਪਤੀ ਕੀਤੀ। ਬਸ ਜੀ, ਪ੍ਰਚਾਰ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਦਾ ਓਟ ਆਸਰਾ ਲਿਆ ਸੀਗਾ ਅਤੇ ਪ੍ਰਚਾਰ ਬੰਦ ਹੋਣ ਤੋਂ ਬਾਅਦ ਗੁਰੂ ਦਾ ਓਟ ਆਸਰਾ ਲਿਆ ਹੈਗਾ ਅਤੇ ਇੱਥੇ ਅਰਦਾਸ ਬੇਨਤੀ ਇਹੀ ਕੀਤੀ ਹੈ ਵੀ ਅਗਲੇ 2 ਦਿਨ ਇਕੱਲੇ ਮੇਰੇ ਵਾਸਤੇ ਨਹੀਂ, ਸਾਰੇ ਕੈਂਡੀਡੇਟਸ ਵਾਸਤੇ, ਉਹਨਾਂ ਦੇ ਸਪੋਰਟਰਾਂ ਵਾਸਤੇ ਨਿਰਵਿਘਨਤਾ ਨਾਲ ਨਿਕਲਣ ਅਤੇ 20 ਤਰੀਕ ਨੂੰ ਸ਼ਾਂਤੀਪੂਰਕ ਪੂਰਵ ਵੋਟਾਂ ਪੈ ਕੇ ਸਾਰੇ ਆਪਦੇ ਘਰਾਂ ਨੂੰ ਜਾਣ ਜੀ। ਰੋਡ ਸ਼ੋਅ ਤਾਂ ਅੱਜ ਘਰੋਂ ਸ਼ੁਰੂ ਕੀਤਾ ਸੀਗਾ ਜੀ, ਸਾਰੇ ਤਲਵੰਡੀ ਸਾਬੋ ਦਾ ਕੱਢ ਕੇ ਅਤੇ ਤਖ਼ਤ ਸਾਹਿਬ 'ਤੇ ਨਤਮਸਤਕ ਹੋਏ ਹੈ। ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੋਈਆਂ ਨੇ, ਪ੍ਰਾਪਤ ਕੀਤੀਆਂ ਨੇ ਅਤੇ ਜਿਵੇਂ ਮੈਂ ਪਹਿਲਾਂ ਕਿਹਾ ਕਿ ਹੁਣ ਕੈਂਪੇਨ ਮੁਕੰਮਲ ਹੋ ਗਈ ਹੈ ਅਤੇ ਅਗਲੇ 2 ਦਿਨ ਹੁਣ ਬੈਠ ਕੇ ਪਲੈਨਿੰਗ ਕਰਾਂਗੇ ਵੋਟਾਂ ਦਾ, ਵੱਧ ਤੋਂ ਵੱਧ ਵੋਟਾਂ ਕਿਵੇਂ ਪੈਂਦੀਆਂ ਨੇ। ਪਹਿਲੇ ਪੂਰਾ ਹੌਸਲਾ ਹੈ ਜੀ, ਤੁਸੀਂ ਦੇਖੋ ਕਿਵੇਂ ਤਲਵੰਡੀ ਸਾਬੋ ਹਲਕੇ ਦੇ ਬੰਦੇ, ਕਿਵੇਂ ਤਲਵੰਡੀ ਸਾਬੋ ਸ਼ਹਿਰ ਦੇ ਸਾਰੇ ਜਿਹੜੇ ਨੌਜਵਾਨ ਨੇਗੇ ਆਪਣੇ ਨਾਲ ਨੇ ਜੀ। ਬਹੁਤ ਵੱਡਾ ਹੁੰਗਾਰਾ ਮਿਲਿਆ ਜੀ ਪਿੰਡਾਂ ਵਿੱਚੋਂ, ਸ਼ਹਿਰਾਂ ਵਿੱਚੋਂ, ਦੋਨਾਂ ਵਿੱਚੋਂ, ਅਤੇ ਜੋ ਪਿਛਲੇ 13 ਸਾਲ ਦੀ ਤਪੱਸਿਆ ਮੈਂ ਇੱਥੇ ਕੀਤੀ ਹੈਗੀ, ਲੋਕਾਂ ਦੇ ਨਾਲ ਮੈਂ ਜੁੜਿਆ ਰਿਹਾਗਾ ਅਤੇ ਉਹਦਾ ਮੈਨੂੰ ਲੱਗਦਾ ਫਲ ਮਿਲੂਗਾ ਜੀ। ਅੱਗੇ ਅਪੀਲ ਤਾਂ ਇਹੀ ਹੈ ਜੀ ਵੀ ਸ਼ਾਂਤੀਪੂਰਵਕ ਨਿਰਵਿਘਨਤਾ ਨਾਲ ਵੋਟਾਂ ਪੈਣ ਅਤੇ ਜਿਹਨੇ ਜਿੱਤਣਾ ਹਾਰਨਾ ਜੀ ਇੱਥੋਂ ਪਤਾ ਲੱਗ ਜਾਣਾਗਾ ਤਖ਼ਤ ਸਾਹਿਬ ਤੋਂ ਮਹੀਨੇ ਬਾਅਦ।